ਪਾਣੀ ਦੀ ਬੋਤਲ ਦੇਣ ਤੋਂ ਇਨਕਾਰ ਕੀਤਾ ਤਾਂ ਬਦਮਾਸ਼ਾਂ ਨੇ ਢਾਬੇ ਦੇ ਕਰਿੰਦਿਆਂ ਦੀ ਜੰਮ ਕੇ ਕੁੱਟਮਾਰ ਕੀਤੀ ਅਤੇ ਤੇਜ਼ ਧਾਰ ਹਥਿਆਰਾਂ ਨਾਲ ਉਹਨਾਂ ਨੂੰ ਜ਼ਖਮੀ ਕਰ ਦਿੱਤਾ, ਜਿਸ ਕਾਰਨ ਜ਼ਖਮੀ ਹਾਲਤ ਦੇ ਵਿੱਚ ਦੋਵਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਗੁੰਡਾਗਰਦੀ ਦਾ ਇਹ ਮੰਜ਼ਰ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਿਆ, ਜਿਸਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇਹਨਾਂ ਗੁੰਡਿਆਂ ਵੱਲੋਂ ਇਹਨਾਂ ਕਰਿੰਦਿਆਂ ਦੀ ਕੁੱਟਮਾਰ ਕੀਤੀ ਗਈ ਹੈ। ਇਹ ਖੌਫਨਾਕ ਤਸਵੀਰਾਂ ਲੁਧਿਆਣਾ ਤੋਂ ਸਾਹਮਣੇ ਆਈਆਂ। ਦਰਅਸਲ ਰਾਤ ਨੂੰ ਢਾਬਾ ਬੰਦ ਕਰਦੇ ਸਮੇਂ ਕੁਝ ਨੌਜਵਾਨਾਂ ਵੱਲੋਂ ਪਾਣੀ ਦੀ ਬੋਤਲ ਮੰਗੀ ਗਈ ਤਾਂ ਢਾਬੇ ਦੇ ਕਰਿੰਦਿਆਂ ਵੱਲੋਂ ਢਾਬਾ ਬੰਦ ਕਰਨ ਦੀ ਗੱਲ ਆਖੀ ਗਈ, ਪਰ ਇਸ ਦੇ ਬਾਵਜੂਦ ਉਹਨਾਂ ਨੌਜਵਾਨਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਢਾਬੇ ਦੇ ਕਰਿੰਦਿਆਂ ਤੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਤੇ ਉਹਨਾਂ ਨੂੰ ਭਜਾ ਕੇ ਕੁੱਟਿਆ, ਜਿਸਦੇ ਚਲਦਿਆਂ ਦੋ ਨੌਜਵਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਹਾਲਾਂਕਿ ਪੁਲਿਸ ਨੇ ਸੀਸੀਟੀਵੀ ਦੇ ਆਧਾਰ ਤੇ ਕਾਰਵਾਈ ਦੀ ਗੱਲ ਆਖੀ ਹੈ ਤੇ ਕਿਹਾ ਕਿ ਜਲਦੀ ਹੀ ਆਰੋਪੀਆਂ ਨੂੰ ਕਾਬੂ ਵੀ ਕਰ ਲਿਆ ਜਾਵੇਗਾ ਅਤੇ ਇਸ ਮਾਮਲੇ ਦੇ ਵਿੱਚ ਅਣਪਛਾਤਿਆਂ ਖਿਲਾਫ ਮਾਮਲਾ ਵੀ ਦਰਜ ਕੀਤਾ ਗਿਆ। ਹਾਂਜੀ, ਸਾਡੇ ਕੋਲ ਸਵੇਰੇ ਇਨਫੋਰਮੇਸ਼ਨ ਆਈ ਹੈ ਕਿ ਦੋ ਮੁੰਡੇ ਸੀਗੇ ਜੋ ਸਾਰਾ ਪੈਕਿੰਗ ਕਰਨ ਤੋਂ ਬਾਅਦ ਖਾਣਾ ਦੇਣ ਤੋਂ ਬਾਅਦ ਸਾਫ਼ ਸਫਾਈ ਕਰਨ ਤੋਂ ਬਾਅਦ ਰੋਟੀ ਖਾ ਰਹੇ ਸੀਗੇ ਇੱਕ ਪ੍ਰਕਾਸ਼ ਢਾਬਾ ਨਾਮ ਦੇ ਨਾਮ 'ਤੇ ਥਾਂ 'ਤੇ, ਜਿੱਥੇ ਕੁਛ ਅਣਪਛਾਤੇ ਵਿਅਕਤੀ ਆਏ ਨੇ, ਉਹਨਾਂ ਨੇ ਉਹਦੇ ਉੱਤੇ ਵਾਰ ਕੀਤਾ। ਹੁਣ ਉਹ ਹੋਸਪਿਟਲ ਐਡਮਿਟ ਨੇ, ਜਦੋਂ ਉਹ ਠੀਕ ਹੁੰਦੇ ਨੇ ਡਾਕਟਰ ਲਿਖਦੇ ਨੇ ਫਿਟ ਫੋਰ ਸਟੇਟਮੈਂਟ, ਉਹ ਸਟੇਟਮੈਂਟ ਲਿਖ ਕੇ ਬੰਦ ਹੀ ਕਰ ਰਹੇ ਕਿਸੇ ਕਰਨਾ ਕਦੋਂ ਦੀ ਸਰ? ਕੱਲ੍ਹ ਰਾਤ ਦੀ ਹੈ। ਹਾਂਜੀ, ਕੀ ਮਾਮਲਾ ਕੀ ਹੋਇਆ, ਕੀ ਸੀ ਜੀ ਪੂਰੀ ਡਿਟੇਲ ਮੜੀ? ਹਾਲੇ ਜੋ ਮੇਨ ਮੌਕੇ ਤੇ ਮੌਜੂਦ ਸੀਗੇ ਉਹਨਾਂ ਦੇ ਸੱਟਾਂ ਲੱਗੀਆਂ ਹੋਈਆਂ ਨੇ, ਜਦੋਂ ਉਹ ਡਾਕਟਰ ਫਿਟ ਫੋਰ ਸਟੇਟਮੈਂਟ ਲਿਖਦੇ ਆ ਉਹ ਕਰਾਂਗੇ ਚੈੱਕ, ਬਟ ਇਸ ਦੇ ਕੋਈ ਹਲੇ ਫੈਕਟ ਸਾਹਮਣੇ ਨਹੀਂ ਆਇਆ। ਕੋਈ ਸੀਸੀਟੀਵੀ ਸਾਹਮਣੇ ਆਈ? ਇੱਕ ਫੁਟੇਜ ਉੱਥੋਂ ਦੀ ਆਈ ਹੈ ਜਿਸਦੇ ਵਿੱਚ ਦਿਖ ਰਿਹਾ ਕਿ 3 ਜਾਂ 4 ਅਣਪਛਾਤੇ ਵਿਅਕਤੀ ਉੱਥੇ ਆਏ ਗਏ ਨੇ ਅਤੇ ਜੋ ਆਲੇ ਦੁਆਲੇ ਦੇ ਲੋਕਾਂ ਦੇ ਸਟੇਟਮੈਂਟ ਆ ਉਹਨੂੰ ਵੈਰੀਫਾਈ ਕਰਕੇ ਨਾਲ ਦੀ ਨਾਲ ਹੀ ਜਦੋਂ ਠੀਕ ਹੁੰਦੇ ਨੇ ਅਸੀਂ ਸਟੇਟਮੈਂਟ ਲਿਖੀ ਹੈ ਪੇਅਰ ਰਜਿਸਟਰ ਕਰਦੇ। ਕੋਈ ਗੱਡੀ ਨੰਬਰ ਕੋਈ ਜਾਂ ਉਹਨਾਂ ਦਾ ਕੁਛ ਟਰੇਸ ਹੋਇਆ ਸਰ? ਕੁਛ ਪਿੱਛੇ ਆਇਆ ਕਿ 3 ਮੋਟਰਸਾਈਕਲ 'ਤੇ ਆਏ ਨੇ ਅਤੇ ਉਹ ਅਸੀਂ ਟਰੇਸ ਆਊਟ ਕਰ ਦਿਆਂਗੇ ਕੀ ਚੀਜ਼ਾਂ। ਕਿੰਨੇ ਕੁ ਬੰਦੇ ਜ਼ਖਮੀ ਹੈ ਸਰ? ਦੋ ਦੀ ਇਨਫੋਰਮੇਸ਼ਨ ਸਾਡੇ ਕੋਲ ਇਨੀਸ਼ੀਅਲ ਹੈਗੀ ਹੈ ਜੋ ਹੋਸਪਿਟਲ 'ਚ ਐਡਮਿਟ ਨੇ।